ਵਿਕਰਮ ਹੁਣ ਸਾਡੇ ਸਟੂਡੈਂਟਸ ਦੇ ਵਾਸਤੇ ਕੋਈ ਖਾਸ ਮੈਸੇਜ? ਇਹਨੂੰ ਥੋੜਾ ਜਿਹਾ ਐਗਜ਼ਾਮਪਲ ਦੇ ਕੇ ਗੱਲ। ਬਿਲਕੁਲ। ਤੁਹਾਡੇ ਘਰੇ ਕੋਈ ਬੰਦਾ ਬਿਮਾਰ ਪਿਆ, ਤੁਸੀਂ 5-7 ਚੱਕਰ ਲਗਾ ਲਏ ਹਸਪੀਟਲ ਦੇ, ਅਗਲੀ ਵਾਰ ਜੇ ਕੋਈ ਬਿਮਾਰ ਹੋਊਗਾ ਤੁਸੀਂ ਸਲਾਹ ਆਪ ਦੇਣੀ ਹੈ, ਆਹ ਦਵਾਈ ਖਾ ਲਈ ਤੂੰ ਠੀਕ ਹੋ ਜਾਏਗਾ। ਸੇਮ ਜੇਕਰ ਮੇਰੇ ਘਰੇ ਕੋਈ, ਮੈਂ ਆਪਣੇ ਰਿਸ਼ਤੇਦਾਰਾਂ 'ਚੋਂ ਜਾਂ ਮੈਂ ਆਪਣੇ ਕਰਦਿਆਂ 'ਚੋਂ ਕਿਸੇ ਦਾ ਵੀਜ਼ਾ ਅਪਲਾਈ ਕਰਤਾ 2-3 ਬੰਦਿਆਂ ਦਾ, ਕਿ ਮੈਂ ਨਾਲ ਗਿਆ ਕਿਸੇ ਕੰਸਲਟੈਂਟ ਕੋਲ, ਬਾਰ ਬਾਰ ਚੱਕਰ ਲਗਾ ਤੇ, ਚੌਥੀ ਵਾਰ ਮੈਂ ਆਪ ਕਹਿੰਦਾ ਭਰਾਵਾ ਆਹ ਡਾਕੂਮੈਂਟਸ ਦੇ ਵੀਜ਼ਾ ਲੱਗ ਜਾਏਗਾ। ਏਦਾਂ ਹੀ ਹੁੰਦਾ ਨਾ, ਇਹ ਸਾਰੇ ਇਦਾਂ ਹੀ ਕਰਦੇ ਹੈਗੇ ਕਿ ਜੇ 10 ਵਾਰੀ ਡਾਕਟਰ ਕੋਲ ਗਏ, 11ਵੀਂ ਵਾਰ ਦਵਾਈ ਅਸੀਂ ਆਪ ਬੋਲੀਏ ਕਿ ਭਾਈ ਆਹ ਦਵਾਈ ਦਿੰਦਾ ਤੂੰ ਠੀਕ ਹੋ ਜਾਏ, ਬਿਮਾਰੀ ਹੋਇਆ ਕੋਈ ਗੱਲ ਨਹੀਂ। ਐਂਡ ਆਪਣੇ ਪੰਜਾਬੀਆਂ ਦੀ ਇਹ ਬੜੀ ਵੱਡੀ ਖਾਸੀਅਤ ਵੀ ਹੈ ਕਿ ਜੇਕਰ ਮੇਰੇ ਰਿਸ਼ਤੇਦਾਰ ਦਾ ਵੀਜ਼ਾ ਲੱਗ ਗਿਆ ਨਾ, ਤੇ ਅਸੀਂ ਕਹਿੰਦਾ ਭਰਾ ਆਹ ਡਾਕੂਮੈਂਟ ਚਾਹੀਦੇ ਤੇ ਵੀਜ਼ਾ ਲੱਗ ਜੂਗਾ। ਬਟ ਪ੍ਰੋਬਲਮ ਇਹ ਹੈ ਕਿ ਟੈਕਨੀਕੈਲਿਟੀ, ਹੁਣ ਡਾਕਟਰ ਨੇ MBBS ਦੀ ਡਿਗਰੀ ਕੀਤੀ, ਉਹਨੇ 4-5 ਸਾਲ ਸਟੱਡੀ ਕੀਤੀ ਹੈ, ਫਿਰ ਉਹਨੇ ਇੰਟਰਨਸ਼ਿਪ ਕੀਤੀ ਹੈ, ਫਿਰ ਉਹਨੇ ਪ੍ਰੈਕਟਿਸ ਕੀਤੀ ਹੈ, ਫਿਰ ਤਜਰਬਾ ਆਇਆ। ਕੋਈ ਵੀ ਕੰਸਲਟੈਂਟ ਹੈ, ਉਹ ਕੋਈ ਵੀ ਏਜੰਟ ਹੈ, ਉਹਨੇ 2-4-5 ਸਾਲ ਆਪਣੀ ਅੱਡੀਆਂ ਕਸਾਈਆਂ, ਕਿਤਾਬਾਂ ਪੜ੍ਹੀਆਂ, ਨੌਲੇਜ ਇਕੱਠੀ ਕੀਤੀ ਹੈ, ਫਿਰ ਵੀਜ਼ਾ ਲਵਾਇਆ। ਹਰ ਬੰਦਾ ਫ੍ਰੀ ਸਲਾਹ ਦਿੰਦਾ, ਹਰ ਬੰਦਾ ਆਪਣੇ ਆਪ 'ਚ ਆਪਣੇ ਆਪ ਨੂੰ 30 ਮਾਰਕਾਂ ਸਮਝਦਾ ਕਿ ਜਿੰਨੀ ਨੌਲੇਜ ਮੇਰੇ ਕੋਲ ਇਕੱਠੀ ਕੀਤੀ ਹੈ, ਇਸ ਤੋਂ ਬਾਅਦ ਕਿਸੇ ਕੋਲ ਨਹੀਂ ਹੈਗੀ, ਸਾਰਾ ਗਿਆਨ ਦੁਨੀਆ ਦਾ ਮੇਰੇ ਕੋਲ ਹੀ ਹੈ। ਹਰ ਬੰਦੇ ਨੂੰ ਹੱਥ ਜੋੜ ਕੇ ਰਿਕੁਐਸਟ ਇਹੀ ਹੈ, ਪੇਰੈਂਟਸ ਨੂੰ, ਸਟੂਡੈਂਟਸ ਨੂੰ ਵੀ, ਸਲਾਹ ਸਭ ਦੀ ਲਿਓ, ਬਟ ਜਦੋਂ ਅਪਲਾਈ ਕਰਨਾ ਇਹ ਦੇਖੋ ਜੀ ਕਿ ਕਿੱਥੋਂ ਅਪਲਾਈ ਕਰਨ ਲੱਗੇ, ਉਸ ਬੰਦੇ ਦਾ ਆਪਣਾ ਤਜਰਬਾ ਕਿੰਨਾ, ਉਹਦਾ ਐਕਸਪੀਰੀਅੰਸ ਕਿੰਨਾ, ਉਹਨੇ ਕਿੰਨੇ ਕੁ ਵੀਜ਼ੇ ਲਵਾਏ ਹੈਗੇ ਆ।